Please subscribe our channel for latest updates. ਇਹਨਾਂ ਨੂੰ ਵੀ ਕਹਿਣਾ ਕਿ ਯਾਰ ਸਾਡੇ ਮਗਰ ਤਾਂ ਬਹੁਤ ਪੈ ਜਾਂਦੇ ਸੀ ਮਿੰਟਾਂ ਦੀ, ਮਾੜੀ ਜੀ ਕੋਈ ਗੱਲ ਹੋ ਜਾਂਦੀ ਨਾ ਵੱਡੇ ਵੱਡੇ ਭਰ ਦਿੰਦੇ ਅਖਬਾਰ। ਹੁਣ ਸਾਲ ਹੋ ਗਿਆ ਗੱਪਾਂ ਦੀ ਦੁਕਾਨ ਨੂੰ, ਇੱਕ ਸਾਲ ਦੇ ਦਿੱਤਾ ਆਪਾਂ, ਹੁਣ ਕੁਛ ਨਾ ਕੁਛ ਮੋਟਾ ਮੋਟਾ ਲਿਖ ਦਿਆ ਕਰੋ ਯਾਰ, ਸਵਾਰ ਕੇ ਛਾਪ ਦਿਆ ਕਰੋ ਤੁਸੀਂ ਵੀ, ਕਿਉਂ ਹੁਣ ਝੇਫ ਜੀ ਮੰਨੀ ਜਾਂਦੇ ਇਹਨਾਂ ਦੀ, ਪਤਾ ਨਹੀਂ ਖਜ਼ਾਨਾ ਮੰਤਰੀ ਬਠਿੰਡੇ ਦਾ ਉਹਦੀ ਝੇਫ ਮੰਨ ਜਾਂਦੇ ਆ ਵੀ ਕੋਈ ਨਾ ਕੋਈ ਸ਼ਾਇਦ ਕੋਈ ਹੈਲਪ ਹੁਲਪ ਵੀ ਕਰਾਉਣੀ ਪੈ ਜਾਵੇ। ਸੋ ਜੋ ਹੁਣ ਤਾਂ ਸਾਰਾ ਕੋਈ ਚੀਜ਼ ਵੀ ਨਹੀਂ ਕੀਤੀ, ਇੱਕ ਵੀ ਨਹੀਂ। ਆ ਸਾਡੇ ਵਰਗੇ ਡਾਂਗਿਆਂ ਲੈ ਕੇ ਪੈ ਗਏ, ਸਾਡੇ ਕੁਛ ਹੋਰ ਫਿਰਦੇ ਆ ਵਿਚਾਰੇ, ਬਹੁਤੇ ਕਹਾਉਂਦੇ ਆਪਣੇ ਆਪ ਨੂੰ ਵੱਡੇ ਸਿੱਖ, ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਨੇ ਥਿਆਰਿਆ ਜੀ, ਇਹਨਾਂ ਨੇ ਕਰਤਾ ਜੀ, ਅਕਾਲੀਆਂ ਦਾ ਦੋਸ਼ ਹੈ ਜੀ, ਮੁੱਖ ਮੰਤਰੀ ਦਾ ਦੋਸ਼ ਹੈ, ਅਸੀਂ ਹੱਥ ਬੰਨ ਕੇ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਸਤਿਕਾਰਯੋਗ ਨੇ, ਕੋਈ ਸਿੱਖ ਸੋਚ ਵੀ ਨਹੀਂ ਸਕਦਾ ਸਿੱਖ ਤਾਂ ਕੀ, ਕੋਈ ਹਿੰਦੂ ਵੀ ਨਹੀਂ ਸੋਚ ਸਕਦਾ, ਕੋਈ ਮੁਸਲਮਾਨ ਵੀ ਨਹੀਂ ਸੋਚ ਸਕਦਾ, ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਰੇ ਸਤਿਕਾਰ ਕਰਦੇ ਨੇ, ਸਾਰੇ ਧਰਮਾਂ ਦੇ ਲੋਕ ਗੁਰੂ ਨੂੰ ਮੰਨਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਤੇ ਚਲੋ ਸੱਤ ਤਾਂ ਗਲਤੀ ਹੋ ਗਈ, ਸਾਨੂੰ ਤੁਸੀਂ ਸਜ਼ਾ ਦੇ ਦਿੱਤੀ, ਮੰਨ ਲਿਆ, ਹੁਣ ਸਾਲ ਹੋ ਗਿਆ ਭਾਲ ਲਿਆ, ਭਾਲ ਤਾਂ ਹੁਣ ਜਿਹੜਾ ਸੀ ਮੈਂ ਚਾਰ ਹਫ਼ਤੇ 'ਚ ਭਾਲ ਦੂੰਗਾ, ਕਹਿ ਗਏ ਤੇ ਹੁਣ ਬੋਲਦੇ ਵੀ ਨਹੀਂ, ਹੁਣ ਪਤਾ ਨਹੀਂ ਕਿੱਧਰ ਨੂੰ ਗਏ, ਜਿਹੜੇ ਧਰਨੇ ਲਾਉਂਦੇ ਹੁੰਦੇ ਸੀ ਉਹ ਵੀ ਪਤਾ ਨਹੀਂ ਕਿੱਧਰ ਨੂੰ ਗਏ, ਹੁਣ ਚੁੱਪ ਕਰੇ ਬੈਠੇ ਨੇ। ਹੁਣ ਸਾਲ ਹੋ ਗਿਆ, ਹੁਣ ਲਾਓ ਧਰਨੇ ਸੜਕਾਂ ਦੇ, ਵੀ ਤੂੰ ਚਾਰ ਹਫ਼ਤਿਆਂ ਦਾ ਟਾਈਮ ਲਿਆ ਸੀ, ਮਹੀਨੇ ਦਾ ਲਿਆ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਥਿਆਏ ਨਹੀਂ, ਹੁਣ ਲਾਓ ਸੜਕਾਂ ਦੇ ਧਰਨੇ, ਕਿੱਧਰ ਗਿਆ ਹੁਣ ਦਾਤੂ ਵਾਲ, ਕਿੱਧਰ ਗਿਆ ਹੁਣ ਆਹ ਇੱਕ ਇੱਥੋਂ ਵਾਲਾ ਹੈਗਾ ਪੰਥ ਬਰੀਕ, ਕਿੱਥੇ ਗਏ ਨੇ ਉਹ ਢੱਡਰੀਆਂ ਵਾਲਾ, ਕਿੱਧਰ ਗਿਆ, ਹੁਣ ਕਿਉਂ ਨਹੀਂ ਲਾਉਂਦੇ ਸੜਕਾਂ ਦੇ ਧਰਨੇ, ਹੁਣ ਕਿੱਥੇ ਗਏ ਆ ਤੁਸੀਂ, ਹੁਣ ਕਿਉਂ ਚੁੱਪ ਕਰੇ ਬੈਠੇ ਸਾਲ ਦੇ, ਹੁਣ ਕੀ ਕਿ ਬੇਅਦਬੀ ਦੀਆਂ ਘਟਨਾਵਾਂ ਹਟ ਗਈਆਂ ਨੇ, ਹੁਣ ਸਾਰੀਆਂ, ਹੁਣ ਕਿਉਂ ਨਹੀਂ ਕਰਦੇ ਤੁਸੀਂ, ਸਰਕਾਰ ਦੀ ਸ਼ਹਿ ਤੇ ਕਰਦੇ ਸੀ ਤੁਸੀਂ ਉਦੋਂ, ਸਰਕਾਰ ਨੂੰ ਬਦਨਾਮ ਕਰਨ ਦੀ ਖਾਤਰ ਅਪੋਜੀਸ਼ਨ ਦੇ ਸ਼ਹਿ ਤੇ ਕਰਦੇ ਸੀ ਕਾਂਗਰਸ ਵਾਲੇ, ਤੁਸੀਂ ਸਾਰੇ ਕਾਂਗਰਸ ਦੇ ਦਲਾਲ ਆ ਵੱਡੇ, ਨਹੀਂ ਤਾਂ ਤੁਸੀਂ ਹੁਣ ਕਿਉਂ ਨਾ ਬੋਲੋ, ਹੁਣ ਬੋਲੋ ਫਿਰ, ਹੁਣ ਕਰੋ ਦਬਾਅ ਵਧਾਓ ਸਰਕਾਰ ਤੇ, ਅਸੀਂ ਵੀ ਤੁਹਾਡੇ ਨਾਲ ਲੱਗਾਂਗੇ, ਕਰੋ ਹਿੰਮਤ, ਹੁਣ ਚੁੱਪ ਨਹੀਂ ਸਾਰੇ। ਜਿਵੇਂ ਤੁਸੀਂ ਕਹਿੰਦੇ ਸੀ ਖੜਚ ਲੋਕਾਂ ਦਾ, ਜਿਵੇਂ ਤੁਸੀਂ ਕਹਿੰਦੇ ਕਿ ਰਿਫਾਇਨਰੀ ਬੰਦ ਰਿਫਾਇਨਰੀ ਬੰਦ ਹੋਣ ਦੀ ਗੱਲ ਆਈ, ਜਾਂ ਹੁਣ ਏਮਸ ਤੁਸੀਂ ਚਲਾਇਆ ਸੀ ਇਹ ਚੱਲਣ ਨਹੀਂ ਦੇ ਰਹੇ, ਬੰਦ ਹੋ ਰਹੇ ਆ, ਬਸ ਅਸੀਂ ਜਿਹੜੇ ਫੈਸਲੇ ਕੀਤੇ ਸੀ ਉਹਨਾਂ ਨੂੰ ਰੋਕ ਦਿੰਦੇ ਆ, ਆਹ ਫੈਸਲਾ ਵੀ ਤਾਂ ਤੁਸੀਂ ਕੀਤਾ ਸੀ, ਇਹਨਾਂ ਨੂੰ ਤਾਂ ਰੋਕਿਆ ਨਹੀਂ, ਇਹਨਾਂ ਨੇ ਗਾਂਹ ਚਲਾ ਦਿੰਦੇ। ਨਹੀਂ ਨਹੀਂ, ਅਸੀਂ ਇਹ ਫੈਸਲਾ ਨਹੀਂ ਕੀਤਾ, ਥਰਮਲ ਬੰਦ ਕਰਾਉਣ ਦਾ, ਬੰਦ ਕਰਾਉਣ ਦਾ ਅਸੀਂ ਫੈਸਲਾ ਬਿਲਕੁਲ ਨਹੀਂ ਕੀਤਾ, ਰਿਫਾਇਨਰੀ ਮੈਂ ਤਾਂ ਕਿਹਾ ਸੀ ਕਿ 5 ਸਾਲ ਉਹਨੂੰ ਜ਼ਿੰਦਾ ਲੱਗਿਆ ਰਿਹਾ, ਲੇਟ ਹੋ ਗਈ, ਚਾਲੂ ਤਾਂ ਕਰਾਤੀ ਸੀ, ਦੁਬਾਰਾ ਆਪਣੀ ਸਰਕਾਰ ਆ ਗਈ ਆਪਾਂ ਚਲਾਤੀ, ਏਮਜ ਦੇ ਵਿੱਚ ਵੀ ਹੁਣ ਰੋਜ਼ ਆ ਰਿਹਾ ਕਿ NOC ਨਹੀਂ ਦੇ ਰਹੇ ਛੋਟੇ ਛੋਟੇ, ਗੱਲ ਕੁਛ ਵੀ ਨਹੀਂ, ਏਮਜ ਜਿਹੜੀਆਂ ਇਹ ਚੀਜ਼ਾਂ ਨੇ ਕੋਈ ਨਾ ਸਾਡੀਆਂ ਨੇ ਨਾ ਕਾਂਗਰਸ ਦੀਆਂ, ਇਹ ਜਨਤਾ ਦੀਆਂ ਚੀਜ਼ਾਂ ਨੇ, ਸੋ ਇਹਨਾਂ ਨੂੰ ਚੱਲਣ ਦੇਣਾ ਚਾਹੀਦਾ, ਜੇ ਇਹਦੀ ਰੈਨੋਵੇਟ ਦੀ ਲੋੜ ਹੈ, ਅਸੀਂ ਤਾਂ ਕੀਤਾ ਕਾਫੀ ਪੈਸੇ ਲਾ ਕੇ, ਇਹਨਾਂ ਨੂੰ ਵੀ ਜੇ ਵੱਡੇ ਕਰ ਲੈਣੇ, ਇਹਨਾਂ ਨੂੰ ਹੋ ਜਾਏਗਾ, ਕੋਈ ਵੱਡੀ ਸਮੱਸਿਆ ਨਹੀਂ ਹੈਗੀ, ਇਹਦੀ ਲੋੜ ਤਾਂ ਪਏਗੀ ਬਿਜਲੀ ਦੀ, ਆਉਣ ਵਾਲੇ ਸਮੇਂ 'ਚ ਬਿਜਲੀ ਤਾਂ ਵੇਖੋ ਵੱਧ ਹੀ ਰਹੀ ਆ ਮੰਗ, ਜੇ ਫੈਕਟਰੀਆਂ ਲੱਗਦੀਆਂ, ਘਰਾਂ 'ਚ ਲੋਕਾਂ ਦੇ AC ਵੱਧ ਰਹੇ ਆ, ਮਾਰਕੀਟਾਂ 'ਚ AC ਵੱਧ ਰਹੇ ਆ, ਮੰਗ ਤਾਂ ਆਉਣ ਵਾਲੇ ਸਮੇਂ 'ਚ ਬਿਜਲੀ ਦੀ ਹੋਰ ਵਧੇਗੀ, ਸੋ ਇਹ ਲੋੜ ਪਏਗੀ, ਇਹ ਸਿਸਟਮ ਬਦਲਿਆ ਨਹੀਂ ਸਾਡੀ ਸਰਕਾਰ ਵੇਲੇ, ਵੇਖੋ ਤੁਸੀਂ ਕਹੀ ਚੱਲੋ ਜੋ ਮਰਜ਼ੀ ਤੁਹਾਨੂੰ ਇਖਤਿਆਰ ਹੈ, ਪਰ ਕੋਈ ਨਾ ਅਸੀਂ ਫੈਸਲਾ ਕੀਤਾ ਇਹਨੂੰ ਬੰਦ ਕਰਨ ਦਾ, ਨਾ ਅਸੀਂ ਬੰਦ ਕਰਨਾ ਸੀ, ਅਸੀਂ ਇਹਨੂੰ ਵੱਡੇ ਜ਼ਰੂਰ ਕਰ ਦੇਣੇ ਸੀ। ਲੋਕਾਂ ਸਾਹਿਬ ਜਿਸ ਤਰ੍ਹਾਂ ਤੁਸੀਂ ਅੱਜ ਸ਼ੁਰੂਆਤ ਕੀਤੀ ਹੈ ਟੈਸਟ ਦੀ, ਅੱਗੇ ਵੀ ਚੱਲਦਾ ਰਹੂਗਾ, ਸਾਰੇ ਕਰਕੇ ਜਥੇਬੰਦੀਆਂ ਨਾਲ ਰਹਿ ਨਾ, ਜਿਵੇਂ ਵੀ ਠੀਕ ਹੋਇਆ, ਜਿਵੇਂ ਵੀ ਸਰਕਾਰ 'ਤੇ ਆਪਾਂ ਦਬਾਅ ਵਧਾ ਸਕਦੇ ਹੋਏ, ਪੂਰਾ ਜ਼ੋਰ ਲਾ ਕੇ, ਉਵੇਂ ਪਾਰਟੀ ਪ੍ਰਧਾਨ ਨੂੰ ਵੀ ਲਿਆ ਕੇ ਇੱਥੇ ਧਰਨਾ ਲਾਉਣਾ ਪਿਆ ਤਾਂ ਲਾਵਾਂਗੇ। ਨਹੀਂ ਨਹੀਂ, ਸਿੱਖਾਂ ਦੀ ਗੱਲ ਨਹੀਂ ਮੈਂ ਕੀਤੀ, ਕੁਛ ਬੰਦੇ ਸੀਗੇ ਜਿਹੜੇ ਸਾਡੇ ਖਿਲਾਫ਼ ਉਦੋਂ ਸੜਕਾਂ 'ਤੇ ਆਏ ਸੀ ਜਾਂ ਧਰਨੇ ਲਾ ਕੇ ਬੈਠੇ ਸੀ, ਮੈਂ ਨਾਂ ਲੈਣਾ, ਸੰਤ ਦਾਦੂਵਾਲ ਸੀਗੇ ਆਪਣਾ ਇੱਥੋਂ ਵਾਲੇ ਸੀਗੇ, ਪੰਥ ਪ੍ਰੀਤ ਜੀ ਸੀਗੇ ਢੱਡਰੀਆਂ ਵਾਲੇ ਸੀਗੇ, ਵੀ ਚਲੋ ਰੋਸ ਸੀਗਾ ਅਸੀਂ ਮੰਨ ਲੈਂਦੇ ਉਹਨਾਂ ਦੀ ਗੱਲ, ਉਸ ਵੇਲੇ ਜਾਇਜ਼ ਹੋ ਸਕਦੀ ਹੈ, ਪਰ ਹੁਣ 1 ਸਾਲ ਹੋ ਗਿਆ, ਹੁਣ ਬੋਲਦੇ ਵੀ ਹੈ ਨਹੀਂ, ਹੁਣ ਕਦੇ ਆਖਿਆ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਕੀ, ਹੁਣ ਜਮੇ ਚੁੱਪ ਕਰਕੇ ਬਹਿ ਗਏ ਨੇ, ਇੱਥੋਂ ਲੱਗਦਾ ਵੀ ਉਦੋਂ ਇਹਨਾਂ ਦੇ ਮਗਰ ਕੋਈ ਸਾਜ਼ਿਸ਼ ਸੀਗੀ ਜਿਹੜੇ ਲੱਗੇ ਸੀ, ਨਹੀਂ ਤਾਂ ਹੁਣ ਵੀ ਰੌਲਾ ਪਾਉਣਾ ਚਾਹੀਦਾ, 1 ਸਾਲ ਹੋ ਗਿਆ, ਕੋਈ ਲੱਭੀ ਤਾਂ ਹੈ ਨਹੀਂ ਉਹ ਚੀਜ਼। ਤੁਸੀਂ ਹੁਣ ਬੋਲੇ ਸੀ ਵੀ ਸੈਂਟਰ ਤੋਂ ਜਿਹੜੀ ਪੰਜਾਬ GST ਬਾਰੇ ਤੁਸੀਂ ਕਹਿ ਰਹੇ ਸੀ, ਹੁਣ ਅਸੀਂ GST ਵੇਖੋ ਮੈਂ ਕਹਿੰਦਾ ਵੀ GST ਸੈਂਟਰ ਨੇ ਪਾਸ ਕੀਤਾ, ਕਾਂਗਰਸ ਉਹਨੂੰ ਲੈ ਕੇ ਆਈ ਸੀ, ਸੈਂਟਰ ਨੇ ਨਹੀਂ ਸਾਰੀਆਂ ਪਾਰਟੀਆਂ ਨੇ ਰਲ ਕੇ ਪਾਸ ਕੀਤਾ, ਨਹੀਂ ਨਹੀਂ ਤੁਸੀਂ ਗੱਲ ਨਹੀਂ ਸਮਝੇ, ਵੀ ਸਾਰੀਆਂ ਪਾਰਟੀਆਂ ਨੇ ਰਲ ਕੇ ਪਾਸ ਕੀਤਾ, ਜੇ ਕਾਂਗਰਸ ਅੰਗੂਠਾ ਨਾ ਲਾਉਂਦੀ GST ਪਾਸ ਹੁੰਦੀ ਨਹੀਂ ਸੀ ਰਾਜ ਸਭਾ ਦੇ ਵਿੱਚ, ਸਾਰਿਆਂ ਨੇ ਪਾਸ ਕੀਤਾ, ਅੱਜ ਵੀ ਉਹਦੇ 'ਚ ਹਰ ਖਜ਼ਾਨਾ ਮੰਤਰੀ ਉਹਦਾ ਮੈਂਬਰ ਹੈ GST ਵਿੱਚ, ਜਿੱਥੇ ਕੋਈ ਪ੍ਰੋਬਲਮ ਹੈ 50% ਪੰਜਾਬ ਸਰਕਾਰ ਛੱਡ ਸਕਦੀ ਹੈ, 50% ਸੈਂਟਰ ਸਰਕਾਰ ਦੀ ਹੈ, ਜਿਹੜੀਆਂ ਪੰਜਾਬ ਸਰਕਾਰ ਰੇਤਾਂ ਦੇ ਸਕਦੀ ਉਹ ਪੰਜਾਬ ਸਰਕਾਰ ਦੇਵੇ, ਜਿਹੜੀਆਂ ਸੈਂਟਰ ਨਾਲ ਹੈ ਅਤੇ ਅਸੀਂ ਨਾਲ ਚੱਲਣ ਨੂੰ ਤਿਆਰ ਹੈ, ਉਹ ਸੈਂਟਰ ਨਾਲ ਵੀ ਲੜਾਈ ਲੜਾਂਗੇ ਜਿੱਥੇ ਗਲਤ ਹੈ, ਭਾਵੇਂ ਸੈਂਟਰ ਦੇ ਵਿੱਚ ਜੇ ਸਾਡੀ ਸਰਕਾਰ ਹੈ ਅਤੇ ਲੋਕ ਮਸਲੇ ਦੀ ਖਾਤਰ ਜੇ ਕੋਈ ਗਲਤ ਹੈ ਇਹ ਥੋੜ੍ਹਾ ਵੀ ਚੁੱਪ ਕਰਕੇ ਬਹਿ ਜਾਂਗੇ। ਅੰਮ੍ਰਿਤਸਰ ਜਿਹੜਾ ਫੌਜੀ ਸੀ ਸਰਕਾਰ ਨੂੰ 12 ਲੱਖ ਸਰਕਾਰੀ ਨੌਕਰੀ ਦਾ ਐਲਾਨ ਕੀਤਾ, ਤਲਵੰਡੀ ਸਾਬੋਂ ਕੋਈ ਐਲਾਨ ਨਹੀਂ ਕੀਤਾ। ਨਹੀਂ ਵੇਖੋ ਫੌਜੀਆਂ ਦੀ ਪਾਲਿਸੀ ਬਣੀ ਹੋਈ ਹੈ,
ਉਵੇਂ ਦੇਣਾ ਚਾਹੀਦਾ, ਉਹਨੂੰ ਵੀ ਉਨਾ ਹੀ ਦੇਣਾ ਪਏਗਾ। ਸਰਕਾਰ ਨੂੰ ਐਲਾਨ ਕਰ ਦੇਣਾ ਚਾਹੀਦਾ ਸੀ, ਦੇ ਦੇਣਾ ਚਾਹੀਦਾ ਸੀ, ਕਿਉਂਕਿ ਪਾਲਿਸੀ ਬਣੀ ਹੋਈ ਆ ਪਹਿਲਾਂ ਦੀ ਵੀ, ਜਿਹੜੇ ਜਿਵੇਂ ਹੈਗੇ ਉਹ ਸਾਰਿਆਂ 'ਤੇ ਇੱਕੋ ਜਿਹੀ ਲਾਗੂ ਹੋਊਗੀ। ਵਿਤਕਰਾ ਨਹੀਂ ਕੀਤਾ ਜਾ ਸਕਦਾ, ਨਾ ਕਰਨਾ ਚਾਹੀਦਾ। ਸੋ ਬੜੀ ਮਾੜੀ ਗੱਲ ਹੈਗੀ ਪਾਕਿਸਤਾਨ ਨੂੰ, ਸਰਕਾਰ ਨੂੰ ਥੋੜ੍ਹਾ ਜਿਹਾ ਪਾਕਿਸਤਾਨ ਵਾਲੇ ਪਾਸੇ ਸਖਤੀ ਨਾਲ ਆਉਣਾ ਚਾਹੀਦਾ। ਕਾਫੀ ਚਿਰ ਦੇ ਆਪਣੇ ਫੌਜੀ ਤਕਰੀਬਨ ਰੋਜ਼ ਹੀ ਇੱਕ ਅੱਧਾ ਦਿਨ ਛੱਡ ਕੇ ਜਾਂ ਰੋਜ਼ ਹੀ ਸ਼ਹੀਦ ਹੋ ਰਿਹਾ। ਸੋ ਸਖਤੀ ਨਾਲ ਹੀ ਨਿਪਟਣਾ ਚਾਹੀਦਾ ਪਾਕਿਸਤਾਨ ਨਾਲ, ਸਰਕਾਰ ਨੂੰ। ਜੇ ਕੋਈ ਇਹਨਾਂ ਦਾ ਗੱਲਬਾਤ ਨਾਲ ਮਸਲਾ ਹੁੰਦਾ ਉਹ ਤਾਂ ਨਹੀਂ, ਸਖਤੀ ਨਾਲ ਨਿਪਟਣਾ।